ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਸਮੇਂ ਨਸ਼ਾ ਖਤਮ ਕਰਨ ਦੀ ਖਾਧੀ ਸਹੁੰ ਝੂਠੀ ਸਾਬਤ ਹੋਈ ਹੈ ਅਤੇ ਹੁਣ ਉਹਨਾਂ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਉੱਠ ਚੁੱਕੀ ਹੈ। ਜੀ ਹਾਂ, ਇਹ ਮੰਗ ਕੀਤੀ ਹੈ ਇੰਡੀਪੈਂਡੈਂਸ ਸਟੂਡੈਂਟ ਫੈਡਰੇਸ਼ਨ ਦੇ ਨੌਜਵਾਨਾਂ ਵੱਲੋਂ, ਜਿਨ੍ਹਾਂ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਮੰਗ ਪੱਤਰ ਸੌਂਪਿਆ ਹੈ। ਨਾਲ ਹੀ ਜਥੇਬੰਦੀ ਨੇ ਇਹ ਵੀ ਕਿਹਾ ਕਿ ਨਾ ਤਾਂ ਸਾਨੂੰ ਸਮਾਰਟਫੋਨ ਚਾਹੀਦੇ ਨੇ ਅਤੇ ਨਾ ਹੀ ਨੌਕਰੀਆਂ, ਬਸ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਹੈ। ਇਸ ਮੌਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕੈਪਟਨ ਨੂੰ ਵਰਜਣ ਤੋਂ ਇਲਾਵਾ ਹੋਰ ਵੀ ਕਈ ਮੁੱਦਿਆਂ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। 15 ਦਸੰਬਰ 2015 ਬਠਿੰਡਾ ਸਦਭਾਵਨਾ ਰੈਲੀ ਉਹਨਾਂ ਨੇ ਕੀਤੀ ਸੀ ਔਰ ਸ਼੍ਰੀ ਗੁਟਕਾ ਸਾਹਿਬ ਜੀ ਨੂੰ ਹੱਥ 'ਚ ਫੜ ਕੇ ਜਿਹੜੀ ਉਹਨਾਂ ਨੇ ਸਹੁੰ ਖਾਧੀ ਸੀ ਕਿ ਮੇਰੀ ਸਰਕਾਰ ਆਉਣ ਦੇ ਉੱਤੇ ਆਉਣ ਵਾਲੇ 4 ਹਫ਼ਤਿਆਂ 'ਚ ਮੈਂ ਪੰਜਾਬ 'ਚ ਨਸ਼ਾ ਖਤਮ ਕਰਾਂਗਾ। ਅੱਜ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਨੂੰ ਆਇਆ 65 ਹਫ਼ਤਿਆਂ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ। ਅਗਰ ਆਪਾਂ ਰੋਜ਼ ਦੀਆਂ ਅਖ਼ਬਾਰਾਂ ਨੂੰ ਝਾਤ ਮਾਰੀਏ ਔਰ ਨਸ਼ੇ ਕਾਰਨ ਮਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਦੀ ਗਿਣਤੀ ਕਰਨੀ ਔਖੀ ਹੋ ਜਾਏਗੀ। ਕੋਈ ਵੀ ਸਿਆਸਤ, ਕੋਈ ਵੀ ਧਰਮ ਬਾਣੀ ਦੀ ਝੂਠੀ ਸਹੁੰ ਖਾਣ ਦੀ ਇਜਾਜ਼ਤ ਨਹੀਂ ਦਿੰਦਾ। ਇਹ ਸਰਬ ਸਾਂਝੀ ਬਾਣੀ ਹੈ ਔਰ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਇਸ ਨਾਲ ਜੁੜੀਆਂ ਹਨ ਅਤੇ ਅਸੀਂ ਅਕਾਲ ਤਖ਼ਤ ਸਾਹਿਬ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਜਿਹੜਾ ਤਲਬ ਕੀਤਾ ਜਾਵੇ। ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਆਏ ਹਾਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਔਰ ਅਸੀਂ ਮੰਗ ਪੱਤਰ ਦੇਣ ਆਏ ਹਾਂ ਕਿ ਜਿਹੜੀ ਇਹਨਾਂ ਨੇ ਝੂਠੀ ਸਹੁੰ ਖਾਧੀ ਸੀ ਪੰਜਾਬ ਦੇ ਇਲੈਕਸ਼ਨਾਂ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ, ਸਾਨੂੰ ਸਮਾਰਟਫੋਨ ਨਹੀਂ ਚਾਹੀਦੇ, ਸਾਨੂੰ ਨੌਕਰੀਆਂ ਨਹੀਂ ਚਾਹੀਦੀਆਂ। ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕੈਪਟਨ ਸਾਹਿਬ ਨੂੰ ਕਿ ਪਲੀਜ਼ ਪੰਜਾਬ ਨੂੰ ਨਸ਼ਾ ਮੁਕਤ ਕਰੋ ਔਰ ਪੰਜਾਬ ਦੀ ਜਵਾਨੀ ਨੂੰ ਬਚਾਓ। ਅੱਜ ਇੰਡੀਪੈਂਡੈਂਟ ਸਟੂਡੈਂਟ ਫੈਡਰੇਸ਼ਨ ਉਹਨਾਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਲੈ ਕੇ ਨਸ਼ੇ ਖਤਮ ਕਰਨ ਦੀ ਸਹੁੰ ਖਾਧੀ ਗਈ ਸੀ। ਇਹਦੇ ਸੰਬੰਧ ਵਿੱਚ ਅਸੀਂ ਕੱਲ੍ਹ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਦਿੱਤਾ ਹੈ ਕਿ ਜੋ ਉਹਨੇ ਵਾਅਦੇ ਕੀਤੇ ਨੇ ਜਨਤਾ ਦੇ ਨਾਲ ਉਹ ਪੂਰੇ ਕਰਨ। ਨਸ਼ਾ ਪੰਜਾਬ ਦੇ ਵਿੱਚੋਂ ਜਲਦੀ ਤੋਂ ਜਲਦੀ ਖਤਮ ਕਰਨਾ ਚਾਹੀਦਾ। ਇਹਦੇ ਵਾਸਤੇ ਜੋ ਵੀ ਸਖਤ ਕਦਮ ਚੁੱਕਣੇ ਪੈਣ ਉਹ ਚੁੱਕਣੇ ਚਾਹੀਦੇ ਨੇ। ਕਿਸੇ ਦਾ ਲਿਹਾਜ਼ ਨਹੀਂ ਕਰਨਾ ਚਾਹੀਦਾ। ਉਹਨਾਂ ਮਾਵਾਂ ਦੀਆਂ ਅਸੀਸਾਂ ਲਵੇ ਜਿਨ੍ਹਾਂ ਦੇ ਗੋਦੀਆਂ ਖਾਲੀ ਹੋ ਰਹੀਆਂ ਨੇ, ਜਿਨ੍ਹਾਂ ਭੈਣਾਂ ਦੇ ਭਰਾ ਇਸ ਦੁਨੀਆਂ ਤੋਂ ਜਾ ਰਹੇ ਨੇ, ਜਿਨ੍ਹਾਂ ਦੇਵੀਆਂ ਦੇ ਸੁਹਾਗ ਲੁੱਟੇ ਜਾ ਰਹੇ ਨੇ। ਨਸ਼ਾ ਉਹਨਾਂ ਨੂੰ ਬਰਬਾਦ ਕਰ ਰਿਹਾ ਹੈ। ਉਹਨਾਂ ਦੀ ਅਸੀਸ ਲੈਣ ਵਾਸਤੇ ਕੈਪਟਨ ਇਹ ਜ਼ਰੂਰ ਉੱਦਮ ਕਰੇ ਔਰ ਜਿਸ ਤਰ੍ਹਾਂ ਦੇ ਵੀ ਉਪਰਾਲੇ ਹੋ ਸਕਦੇ ਨੇ ਉਪਰਾਲੇ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰੇ ਔਰ ਲੋਕਾਂ ਦੀਆਂ ਅਸੀਸਾਂ ਲਵੇ।